जरा पा के दिखाइयो। अरे आवाज आ रही? ਜਦੋਂ ਦਾ ਮੈਂ ਹੈੱਡਫੋਨ ਲਾਇਆ ਮੈਨੂੰ ਹਰ ਚੀਜ਼ ਸਮਝ ਆਈ ਜਾਂਦੀ। ਤਾਂ ਬਹੁਤ ਜ਼ਬਰਦਸਤ, ਮੇਰਾ ਦਿਲ ਕਹਿੰਦਾ ਮੈਂ ਲਾਵਾਂ ਹੀ ਨਾ ਲਾਈ ਰੱਖਾਂ। ਅਸਲਾਮ ਵਾਲੇਕੁਮ ਜੀ, ਨਮਸਤੇ, ਸਤਿ ਸ਼੍ਰੀ ਅਕਾਲ, ਆਈ ਹੋਪ ਯੂ ਆਰ ਆਲ ਵੈਲ, ਤੁਸੀਂ ਠੀਕ ਠਾਕ ਹੋ, ਖੁਸ਼ਖਾਸ਼ ਹੋ। ਅੱਜ ਮੈਂ ਜਾ ਰਿਹਾ ਆਪਣੀ ਨਾਨੀ ਜਾਨ ਦੇ ਘਰ, ਆਪਣੀ ਨਾਨੀ ਨੂੰ ਮਿਲਣ, ਕਿਉਂਕਿ ਜਦੋਂ ਦਾ ਮੈਂ ਪਾਕਿਸਤਾਨ ਨੂੰ ਆਇਆ ਵਾਂ ਮੈਂ ਉਹਨਾਂ ਦੇ ਨਾਲ ਮੁਲਾਕਾਤ ਨਹੀਂ ਕਰ ਸਕਿਆ। ਸੋ ਆਈ ਥੋਟ ਟੂਡੇ ਵੁੱਡ ਬੀ ਦ ਬੈਸਟ ਡੇ ਬਿਕੋਜ਼ ਆਈਵ ਗੋਟ ਅ ਡੇ ਆਫ ਐਂਡ ਆਈ ਥੋਟ ਕਿ ਅੱਜ ਤੁਹਾਡੇ ਸਾਰਿਆਂ ਦੀ ਵੀ ਮੁਲਾਕਾਤ ਕਰਾ ਦੀ ਹੈ। ਆਜੋ ਚਲੀਏ। ਮੇਰੀ ਤਾਂ ਮੇਰੀ ਨਾਨੀ ਦਾ ਬਹੁਤ ਜ਼ਿਆਦਾ ਪਿਆਰ ਆ। ਕਿਉਂ ਜੀ ਨਾਨੀ ਅੰਮੀ? ਬਹੁਤ ਜ਼ਿਆਦਾ ਮਾਸ਼ਾਅੱਲਾ, ਮੇਰਾ ਹੀਰਾ ਪੁੱਤ ਵਾ, ਮੇਰਾ ਹੀਰਾ ਦੋਤਾ। ਤੁਸੀਂ ਡਾਇਟ ਦਾ ਖਿਆਲ ਰੱਖਿਆ ਕਰੋ ਨਾ, ਤੂੰ ਪੁੱਛ ਨਾ। ਦਿਨ 'ਚ ਇੱਕ ਰੋਟੀ ਖਾਣੀ ਹੈ। ਇਹ ਤਾਂ ਹੁਣ ਤੁਸੀਂ ਪਰੌਂਠਾ ਖਾ ਰਹੇ ਹੋ। ਨਹੀਂ ਅੱਜ ਬਹੁਤ ਚਿਰ ਬਾਅਦ। ਤਾਂ ਨਾਨੀ ਕਹਿੰਦੀ ਹੈ ਕਿ ਜਦੋਂ ਮੇਰੇ ਘਰ ਆਉਣਾ ਵਾ ਤਾਂ ਡਾਇਟ ਘਰ ਛੱਡ ਕੇ ਆਉਣੀ ਹੈ। ਡਾਇਟ ਘਰ ਛੱਡ ਕੇ? ਵਾਕਈ ਬਿਲਕੁਲ। ਮੂਲੀ ਦੇ ਪਰੌਂਠੇ, ਆਲੂ ਵਾਲੇ ਪਰੌਂਠੇ, ਆਲੂਆਂ ਦੇ, ਮੂਲੀਆਂ ਦੇ ਕੋਫਤੇ ਮੈਂ ਬਣਾਏ, ਪੁਲਾਅ ਬਣਾਇਆ। ਮੈਂ ਆਪਣੇ ਦੋਤੇ ਲਈ ਪੁਲਾਅ ਬਣਾਇਆ, ਕੋਫਤੇ ਬਣਾਏ। ਹਾਏ 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 ਹਾਏ। ਇੱਕ ਡਬਲ ਮੂਲੀ ਦਾ ਪਰੌਂਠਾ ਖਾਧਾ ਅਤੇ ਮੇਰਾ ਢਿੱਡ ਪਾਟਨ 'ਚ ਆ ਗਿਆ, ਪਾਟਨ 'ਚ ਆ ਗਿਆ, ਮੇਰਾ ਢਿੱਡ ਪਾਟਨ 'ਚ ਆ ਗਿਆ। ਯੂ ਹੈਵਿੰਗ ਪਰੌਂਠਾ? ਕਿੱਦਾਂ ਖਾ ਰਹੇ? So this is my cousin Ayan. Ayan is also a YouTuber. Yep. Yeah, what's your YouTube channel called? Ayan the Tech Guy. Ayan? Ayan the Tech Guy. Ayan the Tech Guy. Yeah. Show me your eyes. Wow. Wow, you've got beautiful eyes. Idhar aao na, kitne baje ja rahe ho? Mere khalu ne bahut favorite khalu ne. Favorite khalu ne. ਅੱਜ ਕੱਲ ਸਿਕਸ ਪੈਕ ਡਾਇਟਿੰਗ ਤੇ ਲੱਗੇ ਹੋਏ ਨੇ। ਇਹ ਕਿਹੜਾ ਫੋਨ ਆ ਤੁਹਾਡਾ? ਇਹ ਮੇਰਾ ਆ ਜਿਹੜਾ ਕੀ ਆ, ਮੈਨੂੰ ਹੋਰ ਫੋਨ ਚਲਾਉਣਾ ਹੀ ਨਹੀਂ ਆਉਂਦਾ ਬੇਟਾ, ਇਹ ਫੋਨ ਚਲਾਉਣਾ ਹੁੰਦਾ। ਨਹੀਂ, ਇਹ ਸਭ ਤੋਂ ਵਧੀਆ ਫੋਨ ਆ ਮੰਮੀ, ਸਭ ਤੋਂ ਵਧੀਆ। ਹਾਂ, ਇਹ ਜ਼ਰਾ ਪਾ ਕੇ ਦਿਖਾਈਓ। ਆਵਾਜ਼ ਆ ਰਹੀ? ਪਹਿਲਾਂ ਮੈਨੂੰ ਨਾ ਸਮਝ ਨਹੀਂ ਆਉਂਦੀ ਹੁੰਦੀ ਸੀ ਆ ਵਿੱਚ ਕਈ ਗੱਲਾਂ ਦੀ। ਹੁਣ ਜਦੋਂ ਦਾ ਹੈੱਡਫੋਨ ਲਾ ਲਿਆ ਮੈਨੂੰ ਹਰ ਚੀਜ਼ ਸਮਝ ਆਈ ਜਾਂਦੀ। ਬਹੁਤ ਜ਼ਬਰਦਸਤ, ਮੇਰਾ ਦਿਲ ਕਰਦਾ ਮੈਂ ਲਾਵਾਂ ਹੀ ਨਾ ਲਾਈ ਰੱਖਾਂ। ਦੇਸੀ ਚਾਹ ਇਹਦੇ ਵਿੱਚ ਪਾਣੀ ਪਾਉਣਾ ਪੈਂਦਾ ਫਿਰ ਪਤਲੀ ਹੋ ਜਾਂਦੀ ਹੈ। ਸਹੀ ਆ, ਲੋਕੀ ਪਾਕਿਸਤਾਨ ਬਹੁਤ ਪਿਆਰ ਕਰਦੇ ਆ। ਅੱਛਾ ਜੀ, ਬਹੁਤ ਜ਼ਿਆਦਾ ਪਿਆਰ ਕਰਦੇ। ਮੈਨੂੰ ਖੁਸ਼ੀ ਹੁੰਦੀ ਜਦੋਂ ਮੈਨੂੰ ਕੋਈ ਕਹਿੰਦਾ ਦੱਸਦਾ, ਮੈਂ ਇੰਨਾ ਖੁਸ਼ ਹੁੰਦੀ, ਸਕੂਨ ਆਉਂਦਾ, ਖੁਸ਼ੀ ਆਉਂਦੀ। ਹੋਰ ਸੁਣਾ? ਪਰ ਉਹ ਤਾਂ ਤੁਹਾਡੀ ਹੁਣ ਦੁਆਵਾਂ ਦੇ ਨਾਲ ਆ ਨਾ। ਹੁਣ ਬਿਲਕੁਲ ਤਾਂ ਕਹੋ ਸਬਸਕ੍ਰਾਈਬ ਕਰਨ ਸਾਰੇ। ਸਬਸਕ੍ਰਾਈਬ ਮਤਲਬ ਨਜ਼ਰੀਨ ਦੇ ਵਿੱਚ ਜਦੋਂ ਆ ਜਾਂਦੀ ਮੈਨੂੰ ਹਾਸਾ ਹੀ ਨਹੀਂ ਮੇਰਾ ਬੰਦ ਹੁੰਦਾ, ਹੱਸੀ ਜਾਂਦੀ ਹਾਂ। ਇਹ ਕਿੱਥੋਂ ਨਜ਼ਰੀਨ ਬਣ ਗਈ, ਇਹਨੂੰ ਇੰਨੀ ਕਾਮਯਾਬੀ ਦੇਵੇ, ਇੰਨੀ ਤਰੱਕੀ ਦੇਵੇ। ਮੈਂ ਹਰ ਵਕਤ ਮੈਂ ਇਹਦੇ ਵਾਸਤੇ ਦੁਆਵਾਂ ਮੰਗਦੀ ਹਾਂ, ਤਾਂ ਮੇਰੇ ਦੁਨੀਆ 'ਤੇ ਇਹਦਾ ਨਾਂ ਰੋਸ਼ਨ ਅੱਲਾ ਕਰੀ, ਸਭ ਤੋਂ ਜ਼ਿਆਦਾ ਮੇਰੇ ਪੁੱਤ ਦਾ ਨਾਂ ਰੋਸ਼ਨ ਕਰੀ।